ਆ ਵੇਖੋ ਮਾਸ਼ਾਅੱਲਾ ਸਾਡਾ ਨਾ ਮਟਨ ਕੁਝ ਗਲਿਆ ਪਿਆ ਤੇ ਹੁਣ ਨਾ ਸਬਦ ਮਿਰਚਾਂ ਦਾ ਤੇ ਅਦਰਕ ਦਾ ਪੇਸਟ ਅਸੀਂ ਪਾ ਦਿੱਤਾ ਵਿੱਚ ਮਟਨ ਕੁਝ ਗਲ ਗਿਆ ਤੇ ਠਹਿਰ ਕੇ ਫਿਰ ਨਮਕ ਮਰਾ ਸਾਰਾ ਕੁਝ ਪਾਵਾਂਗੇ ਨਮਕ ਤਾਂ ਪਹਿਲੇ ਹੀ ਪਾਇਆ ਹੋਇਆ ਹਲਦੀ ਤੇ ਮਿਰਚਾਂ ਠਹਿਰ ਕੇ ਪਾਵਾਂਗੇ ਥੋੜ੍ਹੀ ਦੇਰ ਫਿਰ ਸਬਜ਼ੀ ਪਾਵਾਂਗੇ ਵਿੱਚ ਬਿਸਮਿਲ੍ਲਾ ਰਹਿਮਾਨ ਰਹੀਮ ਆ ਵੀ ਵਾਰ ਵੇਖੋ ਮਾਸ਼ਾਅੱਲਾ ਅਸੀਂ ਪਾ ਰਹੇ ਹਾਂ ਮਸਾਲੇ ਇਹ ਇੱਕ ਚਮਚ ਅਸੀਂ ਵੱਡੀ ਫੁੱਲ ਜਿਹੜੀ ਹੈ ਨਾ ਵੱਡੀ ਚਮਚ ਉਹ ਪਾ ਦਿੱਤੀ ਹਲਦੀ ਇਹ ਇੱਕ ਚਮਚ ਅਸੀਂ ਪਾ ਦਿੱਤੀ ਲਾਲ ਮਿਰਚ ਪੀਸੀ ਹੋਈ ਇਹ ਇੱਕ ਚਮਚ ਹੈ ਸੁੱਕੀਆਂ ਧਨੀਆ ਇੱਕ ਚਮਚ ਹੈ ਜ਼ੀਰਾ ਇੱਕ ਚਮਚ ਹੈ ਕਾਲੀ ਮਿਰਚ ਇਹ ਜਿਸ ਵੇਲੇ ਥੋੜ੍ਹਾ ਜਿਹਾ ਸਾਲਾਂ ਤਿਆਰ ਹੋ ਜਾਣਾ ਨਾ ਇਹ ਅਸੀਂ ਐਂਡ 'ਤੇ ਪਾਉਣਾ ਕੁੱਟ ਕੇ ਇਹ ਵੇਖੋ ਮਾਸ਼ਾਅੱਲਾ ਵੀ ਵਾਰ ਅਸੀਂ ਦੋ ਟਮਾਟਰ ਕੱਟ ਕੇ ਪਾ ਰਹੇ ਹਾਂ ਸੋਹਣੇ ਜਿਹੇ ਮਾਸ਼ਾਅੱਲਾ ਲਾਲ ਸੁਰਖ ਟਮਾਟਰ ਪਿਆਰੇ ਬੜੇ ਮਜ਼ੇਦਾਰ ਟਮਾਟਰ ਬਿਸਮਿਲ੍ਲਾ ਇਹ ਵੇਖੋ ਹੁਣ ਆਇਲ ਉੱਤੇ ਆ ਰਿਹਾ ਹੁਣ ਇਹ ਥੋੜ੍ਹੀ ਦੇਰ ਮਸਾਲਾ ਚੰਗਾ ਬੁੱਝੇਗਾ ਇਹਨੂੰ ਚੰਗਾ ਤੜਕਾ ਲਾਵਾਂਗੇ ਚੰਗਾ ਭੁੰਨ ਕੇ ਨਾ ਮਸਾਲਾ ਅਤੇ ਫਿਰ ਅਸੀਂ ਦੂਸਰੀਆਂ ਚੀਜ਼ਾਂ ਪਾਵਾਂਗੇ ਇਹ ਵੇਖੋ ਮਾਸ਼ਾਅੱਲਾ ਅਸੀਂ ਸਬਜ਼ ਮਿਰਚਾਂ ਪਾ ਰਹੇ ਹਾਂ ਅਸੀਂ ਸਬਜ਼ ਮਿਰਚਾਂ ਗੋਭੀ ਵਿੱਚ ਜ਼ਿਆਦਾ ਪਾਉਂਦੇ ਹਾਂ ਸਬਜ਼ ਮਿਰਚਾਂ ਨਾਲ ਨਾ ਬਹੁਤ ਅੱਛੀ ਗੋਭੀ ਬਣਦੀ ਹੈ ਕਰਾਰੀ ਕਰਾਰੀ ਟੇਸਟੀ ਟੇਸਟੀ ਮਜ਼ੇਦਾਰ ਹੁਣ ਇਹ ਵੇਖ ਲਓ ਲਾਲ ਸੁਰਖ ਟਮਾਟਰ ਵੀ ਪਾ ਲੈਣ ਕੁਝ ਅਸੀਂ ਹੁਣ ਇਹਨੂੰ ਥੋੜ੍ਹਾ ਬਹੁਤਾ ਸੁਰਖੀ ਪਾਊਡਰ ਲਾ ਲਿਆ ਅਤੇ ਥੋੜ੍ਹਾ ਬਹੁਤਾ ਜਿਹੜਾ ਨਾ ਉਹ ਠਹਿਰ ਕੇ ਲਾਵਾਂਗੇ ਅਤੇ ਨਾਲ ਤੁਹਾਡੇ ਸ਼ੇਅਰ ਵੀ ਕਰਾਂਗੇ ਬਿਸਮਿਲ੍ਲਾ ਰਹਿਮਾਨ ਰਹੀਮ ਇਹ ਵੇਖੋ ਵੀ ਵਾਰ ਮਾਸ਼ਾਅੱਲਾ ਗੋਭੀ ਅਤੇ ਆਲੂ ਹੁਣ ਅਸੀਂ ਪਾ ਰਹੇ ਹਾਂ ਮਸਾਲਾ ਸਾਡਾ ਬੁਨਾਈ ਹੋ ਗਈ ਅਸਾਂ ਬੁਣ ਲਿਆ ਅਤੇ ਗੋਭੀ ਆਲੂ ਵਿੱਚ ਪਾ ਰਹੇ ਹਾਂ ਬਿਸਮਿਲ੍ਲਾ ਰਹਿਮਾਨ ਰਹੀਮ ਬਿਸਮਿਲ੍ਲਾ ਰਹਿਮਾਨ ਰਹੀਮ ਮਾਸ਼ਾਅੱਲਾ ਇਤਨੀ ਅੱਛੀ ਲੋਕ ਆ ਰਹੀ ਹੈ ਕਿਤਨਾ ਅੱਛਾ ਸਾਡਾ ਸਾਲਣ ਮਾਸ਼ਾਅੱਲਾ ਤਿਆਰ ਹੋਇਆ ਮਟਨ ਗੋਭੀ ਅਤੇ ਆਲੂ ਇਹ ਵੇਖੋ ਵੀ ਵਾਰ ਮਾਸ਼ਾਅੱਲਾ ਕਿਤਨੀ ਅੱਛੀ ਲੋਕ ਆ ਰਹੀ ਹੈ ਕਿਤਨਾ ਅੱਛਾ ਸਾਲਾ ਸਾਡਾ ਦੇਸੀ ਤਰੀਕੇ ਨਾਲ ਦੇਸੀ ਸਟਾਈਲ ਨਾਲ ਸਾਲਣ ਤਿਆਰ ਹੋ ਰਿਹਾ ਹੈ ਅਤੇ ਹੁਣ ਠਹਿਰ ਕੇ ਇਹਦੇ ਵਿੱਚ ਦੂਏ ਜਿਹੜੇ ਸੁੱਕੇ ਮਸਾਲੇ ਪਾਉਣੇ ਨੇ ਉਹ ਠਹਿਰ ਕੇ ਪਾਉਂਦੇ ਹਾਂ ਉਹਨਾਂ ਨੂੰ ਥੋੜ੍ਹੀ ਦੇਰ ਤੱਕ ਇਹ ਤਿਆਰ ਹੋ ਜਾਵੇਗਾ ਫਿਰ ਤੁਹਾਨੂੰ ਮਿਲਦੇ ਹਾਂ ਠਹਿਰ ਇਹ ਵੇਖੋ ਮਾਸ਼ਾਅੱਲਾ ਵੀ ਵਾਰ ਸਾਡਾ ਨਾ ਕਿਤਨਾ ਅੱਛਾ ਸਾਲਣ ਤਿਆਰ ਹੋ ਗਿਆ ਹੈ ਅਸੀਂ ਨਾ ਸਟੀਮ ਦੇ ਵਿੱਚ ਪਕਾਇਆ ਮਾਸ਼ਾਅੱਲਾ ਇਹ ਵੇਖੋ ਗੋਭੀ ਅਤੇ ਮਟਨ ਸਾਡਾ ਬਣਿਆ ਪਿਆ ਤਿਆਰ ਹੋਇਆ ਪਿਆ ਹੁਣ ਧਨੀਆ ਦੁਨੀਆ ਪਾਉਂਦੇ ਹਾਂ ਫਿਰ ਸਲਾਬ ਕਰਕੇ ਤੁਹਾਨੂੰ ਵੀ ਖਾਂਦੇ ਹਾਂ ਮਾਸ਼ਾਅੱਲਾ ਵੇਖੋ ਸਾਡਾ ਖਾਣਾ ਤਿਆਰ ਹੋ ਗਿਆ ਹੈ ਮਟਨ ਅਤੇ ਗੋਭੀ ਆਲੂ ਇਹ ਸਾਲਾਂ ਸਾਡਾ ਤਿਆਰ ਹੋ ਗਿਆ ਮਾਸ਼ਾਅੱਲਾ ਕਿਤਨਾ ਅੱਛਾ ਬਣਿਆ ਹੈ ਵੇਖੋ ਐਲ ਵੀ ਅਸਾਂ ਪੂਰਾ ਪਾਇਆ ਹੈ ਸੁੱਕਾ ਸੁੱਕਾ ਇਸ ਤਰ੍ਹਾਂ ਰੋਸ ਟਾਈਮ ਅਸੀਂ ਰੋਸ ਟਾਈਪ ਬਣਾਇਆ ਹੈ ਸਾਲਾਂ ਅਤੇ ਹੁਣ ਮਾਸ਼ਾਅੱਲਾ ਅਸੀਂ ਸੈਲਫ ਕਰਕੇ ਤੁਹਾਨੂੰ ਵਿਖਾ ਰਹੇ ਹਾਂ ਅਤੇ ਅਸੀਂ ਆ ਕੇ ਆਪਣੇ ਵਿਵਰਾਂ ਨੂੰ ਨਾ ਸਜਾ ਕੇ ਸੁਰਖੀ ਪਾਊਡਰ ਲਾ ਕੇ ਅਤੇ ਉਹਨਾਂ ਨੂੰ ਨਾ ਵਿਖਾ ਲਵੀਏ ਕਿ ਇਹ ਵੇਖ ਲਵੋ ਕਿ ਪਕਾ ਪਕਾ ਕੇ ਬੰਦਾ ਥੱਕ ਜਾਂਦਾ ਹੈ ਅਤੇ ਫਿਰ ਇਸ ਵੀਡੀਓ ਨੂੰ ਤੁਸੀਂ ਲਾਇਕ ਵੀ ਕੀਤਾ ਕਰੋ ਸ਼ੇਅਰ ਵੀ ਕੀਤਾ ਕਰੋ ਅਤੇ ਸਬਸਕ੍ਰਾਈਬ ਵੀ ਕੀਤਾ ਕਰੋ ਅਤੇ ਐਂਡ ਤੱਕ ਸਾਡੀ ਵੀਡੀਓ ਵੇਖੀ ਕਰੋ ਅਤੇ ਤੁਹਾਨੂੰ ਨਵੀਂ ਨਵੀਂ ਵੀਡੀਓ ਮਿਲਦੀ ਰਹੇਗੀ ਸਾਨੂੰ ਹੌਸਲਾ ਅਫਜ਼ਾਈ ਮਿਲਦਾ ਰਹੇਗਾ ਅਸੀਂ ਫਿਰ ਤੁਹਾਡੇ ਸਪੋਰਟ ਨਾਲ ਹੀ ਅੱਗੇ ਅੱਗੇ ਚੱਲਣਾ ਹੈ ਨਾ ਅਤੇ ਇਹ ਵੇਖੋ ਮਾਸ਼ਾਅੱਲਾ ਕਿਤਨਾ ਅੱਛਾ ਸਾਡਾ ਸਾਲਣ ਬਣਿਆ ਹੈ ਅਤੇ ਹੁਣ ਅਸੀਂ ਵੀਡੀਓ ਦਾ ਕਰਨ ਲੱਗੇ ਹਾਂ ਐਂਡੋ ਅਤੇ ਸਦਾ ਹੱਸਦੇ ਰਹੋ ਵੱਸਦੇ ਰਹੋ ਮੁਸਕਰਾਉਂਦੇ ਰਹੋ ਖੁਸ਼ ਰਹੋ ਆਬਾਦ ਰਹੋ ਸ਼ਾਦ ਰਹੋ ਅਤੇ ਅੱਲਾ ਹਾਫਿਜ਼ ਅਤੇ ਫਿਰ ਨਵੀਂ ਵੀਡੀਓ ਨਾਲ ਮਿਲਾਂਗੇ